ਤੁਹਾਡੀਆਂ ਬੀਵੀਆਂ ਤੁਹਾਡੀਆਂ ਮਾਵਾਂ ਨਹੀਂ ਬਣ ਸਕਦੀਆਂ। ਤੀਸਰੀ ਬਾਤ ਫਰਮਾਈ ਵਾ ਮਾ ਜਾਲਾ ਅਦਾਇਆ ਕੁਮ ਬਨਾ ਕੁਮ, ਤੁਹਾਡੇ ਮੂੰਹ ਬੋਲੇ ਬੇਟੇ ਕਦੀ ਤੁਹਾਡੇ ਪੁੱਤਰ ਨਹੀਂ ਬਣ ਸਕਦੇ। ਮੂੰਹ ਬੋਲਿਆਂ ਦੀ ਹਾਲਤ ਇਹ ਹੈ ਤੇ ਖਾਤੂਨ ਹੈ ਉਹ ਅੱਲਾਹ ਦੇ ਨਬੀ ਅਲੈਹਿ ਸਲਾਤੁ ਵਸਲਾਮ ਕੋਲ ਸ਼ਿਕਾਇਤ ਲੈ ਕੇ ਆਈ। ਕਹਿੰਦੇ ਅੱਲਾਹ ਦੇ ਨਬੀ ਅਲੈਹਿ ਸਲਾਤੁ ਵਸਲਾਮ, ਨਾਮ ਹੈ ਬੀਬੀ ਦਾ ਸਾਹਲਾ ਬਿੰਤੇ ਸੁਹੈਲ, ਇਹਦਾ ਖਾਮਾ ਦੇ ਹੁਜ਼ੈਫਾ ਰਜ਼ੀ ਅੱਲਾਹੁ ਤਾਲਾ ਅਨਹੁਮਾ, ਇਹਨਾਂ ਦੋਨਾਂ ਨੇ ਇੱਕ ਬੱਚਾ ਪਾਲਿਆ ਜਿਹਦਾ ਨਾਮ ਸਾਲਿਮ। ਪਲਦਿਆਂ ਪਲਦਿਆਂ ਬੱਚਾ ਵੱਡਾ ਹੋ ਗਿਆ, ਜਵਾਨ ਹੋ ਗਿਆ। ਇਹ ਬੀਬੀ ਜਦੋਂ ਦੇਖਦੀ ਹੈ ਨਾ ਤੇ ਆਪਣੇ ਖਾਮਨ ਦੇ ਮੱਥੇ ਦੇ ਤਰੇਬੜੀਆਂ ਦੇਖਦੀ ਹੈ, ਉਹ ਸਮਝਦੀ ਹੈ ਕਿ ਮੈਂ ਲੈ ਪਾਲਕ ਕੀਤਾ, ਮੈਂ ਇਹਦੇ ਤੋਂ ਪੈਦਾ ਨਹੀਂ ਕਰਨਾ, ਮੈਨੂੰ ਪਾਲੇ ਛੋਟੇ ਹੁੰਦੇ ਨੂੰ। ਹੁਜ਼ੈਫਾ ਸਮਝਦਾ ਕਿ ਇਹਦਾ ਬਲੱਡ ਰਿਲੇਸ਼ਨ ਤੇ ਨਹੀਂ। ਇਹ ਸ਼ਿਕਾਇਤ ਲੈ ਕੇ ਅੱਲਾਹ ਦੇ ਰਸੂਲ ਅਲੈਹਿ ਸਲਾਤੁ ਵਸਲਾਮ ਦੀ ਖਿਦਮਤ ਪੇਸ਼ ਹੋ। ਅੱਲਾਹ ਦੇ ਨਬੀ ਦੱਸੋ ਕੀ ਕਰਾਂ? ਆਪ ਨੇ ਫਰਮਾਇਆ ਤੇ ਤੂੰ ਸਾਲਮ ਨੂੰ ਦੁੱਧ ਪਿਲਾ ਦੇ। ਕਹਿਣ ਲੱਗੇ ਅੱਲਾਹ ਦੇ ਨਬੀ ਤੇ ਦਾੜੀ ਹੈ, ਬੱਚਾ ਦੁੱਧ ਪੀਣ ਦੇ ਨਾਲ ਇਹਦੀ ਹੁਰਮਤ ਸਾਬਤ ਹੋ ਜਾਂਦੀ ਹੈ। ਹੁਣ ਸੋਚੋ ਕਿ ਦੁੱਧ ਦੀ ਲਿਮਿਟ ਕੀ ਹੋਣੀ ਚਾਹੀਦੀ? ਪਹਿਲੀ ਦੇ ਅਸੂਲ ਇਹ ਜਿਹੇ ਰੱਖੋ, ਅਗਰ ਕੋਈ ਜੋੜਾ ਐਸਾ ਜਿਹੜਾ ਬੇ ਔਲਾਦ ਹੈ, ਅਗਰ ਖਾਤੂਨ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਆਪਣੀ ਭਾਣਜੀ ਜਾਂ ਭਤੀਜੀ ਜਾਂ ਭਾਣਜਾ ਜਾਂ ਭਤੀਜਾ ਲੈ ਪਾਲਕ ਰੱਖਣਾ ਚਾਹੁੰਦੀ ਹੈ, ਅਡੋਪਟ ਕਰਨਾ ਚਾਹੁੰਦੀ ਹੈ, ਖਾਤੂਨ ਨੂੰ ਚਾਹੀਦਾ ਹੈ ਕਿ ਆਪਣੇ ਰਿਸ਼ਤੇਦਾਰਾਂ 'ਚੋਂ ਅਡੋਪਟ ਕਰੇ ਅਤੇ ਬੇਟਾ ਕਰੇ, ਕਿ ਕੱਲ ਨੂੰ ਉਹ ਜਵਾਨ ਹੋਏ, ਖਾਤੂਨ ਦੇ ਨਾਲ ਮਾਰਮ ਰਿਸ਼ਤਾ ਹੋਏਗਾ ਤੇ ਮਰਦ ਵਾਲੇ ਪਾਸੋਂ ਬੁਰਾਈ ਦਾ ਅੰਦੇਸ਼ਾ ਨਹੀਂ ਰਹੇ। ਅਗਰ ਖਾਤੂਨ ਆਪਣੇ ਰਿਸ਼ਤੇਦਾਰਾਂ ਚੋਂ ਕੋਈ ਅਡੋਪਟ ਕਰਨਾ ਚਾਹੁੰਦੀ ਹੈ, ਹਮੇਸ਼ਾ ਬੱਚਾ ਅਡੋਪਟ ਕਰੇ, ਬੱਚਾ ਲਵੇ। ਅਗਰ ਮਰਦ ਚਾਹੁੰਦਾ ਕਿ ਮੈਂ ਆਪਣੇ ਰਿਸ਼ਤੇਦਾਰਾਂ ਚੋਂ ਕੋਈ ਅਡੋਪਟ ਕਰਨਾ ਤੇ ਉਹ ਬੇਟੀ ਅਡੋਪਟ ਕਰੇ, ਕਿ ਉਹ ਮਰਦ ਦੇ ਨਾਲ ਉਹਦਾ ਖੂਨੀ ਰਿਸ਼ਤਾ, ਉਹਦੀ ਭਤੀਜੀ ਹੈ ਜਾਂ ਭਾਣਜੀ ਹੈ, ਬਲੱਡ ਰਿਲੇਸ਼ਨ ਹੈ, ਉਹ ਬੱਚੀ ਹੋਏਗੀ, ਜਵਾਨ ਹੋ ਕੇ ਕੱਲ ਨੂੰ ਉਸ ਖਾਤੂਨ ਦੇ ਨਾਲ ਮਸਲਾ ਮਸਾਇਲ ਪੈਦਾ ਹੋ। ਹੁਣ ਇਹ ਗੱਲ ਹੈ, ਅਗਰ ਇਸ ਤਰ੍ਹਾਂ ਦਾ ਸਿਲਸਿਲਾ ਨਹੀਂ ਹੁੰਦਾ, ਖਾਤੂਨ ਨੂੰ ਅਗਰ ਲੱਭਦਾ ਤਾਂ ਬੱਚੀ ਲੱਭਦੀ, ਉਹ ਕੀ ਕਰੇ? ਉਸ ਨੂੰ ਦੁੱਧ ਪਿਲਾਏ। ਇਮਾਮੇ ਅਬੂ ਹਨੀਫਾ ਰਹਿਮਤੁੱਲਾਹ ਅਲੈਹ, ਇਮਾਮੇ ਅਹਿਮਦ ਬਿਨ ਹੰਬਲ ਰਹਿਮਤੁੱਲਾਹ ਅਲੈਹ ਅਜਮਾਈਨ, ਇਹਨਾਂ ਦਾ ਮੌਕਫ ਇਹ ਹੈ ਕਿ ਬੱਚਾ ਕਮ ਸੇ ਕਮ ਤਿੰਨ ਦਫ਼ਾ ਦੁੱਧ ਪੀਵੇ। ਤਿੰਨ ਦਫ਼ਾ ਤੋਂ ਮੁਰਾਦ ਹੁੰਦਾ ਕਿ ਜਦੋਂ ਬੱਚਾ ਛੋਟਾ ਦੁੱਧ ਪੀਂਦਾ ਉਹਦੀ ਆਦਤ ਹੈ ਕਿ ਇੱਕ ਦਫ਼ਾ ਝੱਟ ਲਾ ਕੇ ਤੇ ਛੱਡ ਦਿੰਦਾ, ਹੱਸਦਾ ਗੱਲਾਂ ਕਰਦਾ, ਦੁਬਾਰਾ ਫਿਰ ਪੀਂਦਾ, ਬੇਸ਼ੱਕ ਇੱਕ ਇੱਕ ਲਮ੍ਹਾ ਹੀ ਕਿਉਂ ਨਾ ਹੋ, ਤਿੰਨ ਦਫ਼ਾ ਉਹ ਦੁੱਧ ਲਏ, ਤਿੰਨ ਦਫ਼ਾ ਛੱਡ ਦੇਵੇ, ਫਿਰ ਉਹਦੀ ਹੁਰਮਤ ਸਾਬਤ ਹੋ ਜਾਂਦੀ, ਉਹ ਮਾਨ ਹੋ ਜਾਂਦਾ, ਉਹਦੇ ਨਾਲ ਬਲੱਡ ਰਿਲੇਸ਼ਨ ਬਣ ਜਾਂਦਾ ਖਾਨਦਾਨ ਦਾ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਬੀਵੀ ਦੇ ਨਾਲ ਜਾਂ ਆਪਣੀ ਔਲਾਦ ਦੇ ਨਾਲ ਬਲੱਡ ਰਿਲੇਸ਼ਨ ਹੈ, ਉਸੇ ਤਰ੍ਹਾਂ ਹੀ ਉਹ ਮਹਿਰਮ ਜੋ ਅੱਲਾਹ ਦਾ ਹੁਕਮ। ਔਰ ਇਹਦੇ ਮੁਤਾਬਿਕ ਹੋਰ ਵੀ ਹੈ, ਬਾਅਦ ਦਫ਼ਾ ਖਵਾਤੀਨ ਬੈਠੀਆਂ ਹੁੰਦੀਆਂ ਇਕੱਠੀਆਂ ਜੁੜੀਆਂ, ਹੁਣ ਤੇ ਸ਼ਾਇਦ ਇਸ ਤਰ੍ਹਾਂ ਨਹੀਂ, ਪਹਿਲੇ ਹੁੰਦਾ ਸੀ ਕਿ ਬੱਚਾ ਰੋਂਦਾ, ਕਿਸੇ ਨੇ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ, ਕਿਸੇ ਨੇ ਮਜ਼ਾਕ ਵੀ ਦੇਖਿਆ, ਇਹਨੂੰ ਪਤਾ ਲੱਗਦਾ ਕਿ ਮੇਰੀ ਮਾਂ ਹੈ। ਇਸ ਤਰ੍ਹਾਂ ਵੀ ਬੀਬੀਆਂ ਕਰ ਲੈਂਦੀਆਂ ਸਨ ਕਿ ਦੇਖੋ ਇਹਨੂੰ ਪਤਾ ਲੱਗਦਾ ਕਿ ਮੇਰੀ ਮਾਂ ਹੈ, ਇਹਨੂੰ ਪੀਂਦਾ ਹੈ ਨਹੀਂ ਪੀਂਦਾ, ਇਹਦੇ ਨਾਲ ਹੁਰਮਤ ਸਾਬਤ ਨਹੀਂ ਹੁੰਦੀ। ਹੁਰਮਤ ਸਾਬਤ ਹੁੰਦੀ ਹੈ ਕਿ ਬੱਚਾ ਕਮ ਸੇ ਕਮ ਤਿੰਨ ਦਫ਼ਾ ਦੁੱਧ ਪੀਏ ਔਰ ਉਸ ਤੋਂ ਬਾਅਦ ਛੱਡ ਦੇ, ਉਹਦੇ ਤਾਲੁਕ ਉਸ ਦੇ ਨਾਲ ਇਸੇ ਤਰ੍ਹਾਂ ਹੀ ਹੈ ਜਿਵੇਂ ਪਦਾਏ ਸ਼ੁਦਾ ਬੱਚੇ ਦਾ ਤਾਲੁਕ, ਜਿਵੇਂ ਰਸੂਲ ਸੱਲ੍ਹਾ ਵਸਲਮ ਦੀ
ਭੈਣ ਸੀਮਾ ਜਿਹਨੇ ਹਲੀਮਾ ਸਾਹਿਬਾ ਰਜ਼ੀ ਅੱਲਾਹ ਤਾਲਾ ਨਾਲ ਗੁਰੂ ਕੀਤਾ, ਇਹ ਆਪਸ ਦੇ ਅੰਦਰ ਰਜ਼ਾਈ ਪਾਈ। ਸੈਯਦਨਾ ਹਜ਼ਰਤ ਹਮਜ਼ਾ ਤੇ ਰਸੂਲullah ਸੱਲੱਲਾਹੁ ਅਲੈਹਿ ਵਸੱਲਮ, ਇਹਨਾਂ ਦੋਨਾਂ ਨੇ ਵੀ ਦਾਈ ਹਲੀਮਾ ਕੀਤੀ। ਨਬੀ ਅਲੈਹਿ ਸਲਾਤੁ ਵਸਲਾਮ ਦੇ ਚਾਚਾ ਹਜ਼ਰਤ ਹਮਜ਼ਾ ਅੱਲਾਹ ਦੇ ਰਸੂਲ ਅਲੈਹਿ ਸਲਾਤੁ ਵਸਲਾਮ ਦੇ ਰਜ਼ਾਈ ਭਾਈ ਵੀ ਨੇ, ਜਿਸ ਤਰ੍ਹਾਂ ਸੀਮਾ ਰਜ਼ਾਈ ਭੈਣ। ਇਹਨਾਂ ਦਾ ਤਾਲੁਕ ਸੇਮ ਉਸੇ ਤਰ੍ਹਾਂ ਬਣ ਜਾਂਦਾ ਜਿਵੇਂ ਆਮ ਰੋਟੀ ਚ। ਬਹਰਾਲ ਹੁੰਦਾ ਇਹ ਹੈ ਕਿ ਅਸੀਂ ਲੇ ਪਾਲਕ ਲੈ ਲਏ, ਔਰ ਇਹ ਵੀ ਯਾਦ ਰੱਖਣਾ ਕਦੀ ਵੀ ਲੇ ਪਾਲਕ ਜਾਇਦਾਦ ਦਾ ਵਾਰਸ ਨਹੀਂ ਹੁੰਦਾ। ਹੁਣ ਕਈ ਇਹ ਵੀ ਕਰਦੇ ਨੇ ਕਿ ਜੀ ਜਾਇਦਾਦ ਉਹਦੇ ਨਾਲ ਕਰਾ ਦਿਓ, ਦੂਸਰਾ ਨਾ ਲੈ ਜਾ ਜਾਂ ਕੋਈ ਤੀਸਰਾ ਨਾ ਲੈ ਜਾ। ਲੋਕਾਂ ਤੋਂ ਡਰਨੇ, ਅਸੀਂ ਰੱਬ ਤੋਂ ਨਹੀਂ ਡਰਦੇ। ਅੱਲਾ ਤੋਂ ਡਰੋ, ਹੱਕ ਦਾ ਤੁਕਾਤ ਹੀ ਜਿਸ ਤਰ੍ਹਾਂ ਕਿ ਡਰਨ ਦਾ ਹੱਕ ਹੈ, ਰੱਬ ਤੋਂ ਡਰੋ। ਬਹਰਾਲ ਬਾਤ ਕਰ ਰਹੇ ਹਾਂ, ਅੱਲਾ ਫਰਮਾਉਂਦੇ ਨੇ ਤੁਹਾਡੀਆਂ ਬੀਵੀਆਂ ਤੁਹਾਡੀਆਂ ਮਾਵਾਂ ਨਹੀਂ ਬਣ ਸਕਦੀਆਂ, ਤੁਹਾਡੇ ਲੈ ਪਾਲਕ ਤੁਹਾਡੇ ਬੇਟੇ ਵੀ ਬਣ ਸਕਦੇ। ਜ਼ਾਲਿਕੁਮ ਕੌਲੁਕੁਮ ਬਿਅਫਵਾਹਿਕੁਮ, ਅੱਲਾ ਕਹਿੰਦਾ ਸਾਰੀਆਂ ਗੱਲਾਂ ਤੁਹਾਡੇ ਮੂੰਹ ਦੀਆਂ। ਵੱਲਾਹੁ ਯਕੂਲੁਲ ਹਕ, ਅੱਲਾ ਸੱਚੀ ਗੱਲ ਕਹਿੰਦਾ। ਨਬੀ ਅਲੈਹਿ ਸਲਾਤੁ ਵਸਲਾਮ ਦਾ ਬੇਟਾ ਜ਼ੈਦ ਬਿਨ ਸਾਬਤ, ਮੂੰਹ ਬੋਲਾ ਬੇਟਾ, ਇਹਦੀ ਬੀਵੀ ਹੈ ਜ਼ੈਨ ਨੇ ਜ਼ੈਨਬ ਬਿੰਤੇ ਜਾਹਸ਼, ਹਜ਼ਰਤ ਸਫੀਆ ਦੀ ਬੇਟੀ ਹੈ, ਨਬੀ ਅਲੈਹਿ ਸਲਾਤੁ ਵਸਲਾਮ ਦੀ ਫੁੱਫੀ ਦਾਦ ਹੈ। ਹਜ਼ਰਤ ਜ਼ੈਦ ਨੇ ਤਲਾਕ ਦੇ ਦਿੱਤੀ। ਅੱਲਾ ਦੇ ਰਸੂਲ ਅਲੈਹਿ ਸਲਾਤੁ ਵਸਲਾਮ ਇਸ ਮਾਮਲੇ 'ਚ ਪਰੇਸ਼ਾਨ ਹੈ ਕਿ ਮੈਂ ਇਹਦੇ ਨਾਲ ਕਿਵੇਂ ਨਿਕਾਹ ਕਰਾਂ। ਲੋਕ ਤੇ ਰੌਲਾ ਪਾ ਰਹੇ ਨੇ ਕਿ ਬਹੂ ਨਾਲ ਨਿਕਾਹ ਕਰ ਲਿਆ, ਬੇਟੇ ਦੀ ਬੀਵੀ ਨਾਲ ਨਿਕਾਹ ਕਰ ਲਿਆ, ਉਦੋਂ ਸ਼ੁਕਰਾਨ ਨਾਜ਼ਰ ਹੋ ਗਿਆ। ਇਹ ਤੁਹਾਡੇ ਮੂੰਹ ਦੀਆਂ ਗੱਲਾਂ, ਹੱਕ ਅੱਲਾ ਬਿਆਨ। ਫਿਰ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦਾ ਨਿਕਾਹ ਜ਼ੈਨਬ ਬਿੰਤੇ ਜਾਹਸ਼ ਨਾਲ ਹੋਇਆ, ਰੱਬ ਨੇ ਕਰਾਇਆ, ਔਰ ਇਹਨੂੰ ਰਿਕਾਰਡ ਬਣਾ ਦਿੱਤਾ ਪੂਰੀ ਦੁਨੀਆ ਵਾਸ। ਦੀਨ ਅੱਲਾਹ ਦਾ, ਦੀਨ ਰਸੂਲullah ਦਾ। ਕਿਸੇ ਵੀ ਚੀਜ਼ ਨੂੰ, ਹਰਾਮ ਚੀਜ਼ ਨੂੰ ਹਲਾਲ ਕਰਨ ਦਾ ਕਿਸੇ ਇਨਸਾਨ ਨੂੰ ਹੱਕ ਹਾਸਲ ਨਹੀਂ, ਨਾ ਹਲਾਲ ਦਾ ਹਰਾਮ, ਨਾ ਹਰਾਮ ਦਾ ਹਲਾਲ। ਅੱਲਾ ਫਰਮਾਉਂਦੇ ਨੇ ਤੁਹਾਡੇ ਕਹਿਣ ਨਾਲ ਤੁਹਾਡੀਆਂ ਬੀਵੀਆਂ ਮਾਵਾਂ ਨਹੀਂ ਬਣਦੀਆਂ। ਇੱਕ ਬੀਬੀ ਹੈ ਸੈਯਦਾ ਹਜ਼ਰਤ ਖੌਲਾ ਬਿੰਤੇ ਸਾਲਵਾ ਰਜ਼ੀ ਅੱਲਾਹੁ ਤਾਲਾ ਅਨਹਾ, ਅੱਲਾ ਦੇ ਨਬੀ ਅਲੈਹਿ ਸਲਾਤੁ ਵਸਲਾਮ ਦੀ ਖਿਦਮਤ ਦੇ ਅੰਦਰ ਪੇਸ਼ ਹੋਈਆਂ। ਉਮੁਲ ਮੁਮਿਨੀਨ ਸੈਯਦਾ ਆਇਸ਼ਾ ਰਜ਼ੀ ਅੱਲਾਹੁ ਤਾਲਾ ਅਨਹਾ ਫਰਮਾਉਂਦੀਆਂ, ਮੈਂ ਅੱਲਾ ਦੇ ਨਬੀ ਅਲੈਹਿ ਸਲਾਮ ਦਾ ਸਿਰ ਧੋ ਰਹੀ ਹਾਂ। ਇਹ ਬੀਬੀ ਆਈ ਹੈ ਰੋਂਦੀ ਰੋਂਦੀ, ਇਹ ਰੋਂਦੀ ਰੋਂਦੀ ਆਈ ਹੈ। ਉਮੁਲ ਮੁਮਿਨੀਨ ਫਰਮਾਉਂਦੀਆਂ, ਮੈਂ ਸੱਜੇ ਪਾਸੇ ਬੈਠੀ ਹਾਂ, ਅੱਲਾ ਦੇ ਨਬੀ ਅਲੈਹਿ ਸਲਾਮ ਦਾ ਸਿਰ ਧੋ ਰਹੀ ਹਾਂ। ਇਹ ਖੱਬੇ ਆ ਕੇ ਬੈਠ ਗਏ, ਅੱਲਾ ਦੇ ਨਬੀ ਨਾਲ ਗੱਲਾਂ ਕਰ ਰਹੀ ਹੈ, ਨਾਲ ਰੋਈ ਜਾ ਰਹੀ ਹੈ, ਇਹ ਗੱਲਾਂ ਕਰਦੀ ਹੈ। ਉਮੁਲ ਮੁਮਿਨੀਨ ਫਰਮਾਉਂਦੀਆਂ, ਮੈਂ ਨੇੜੇ ਹੋਣ ਦੇ ਬਾਵਜੂਦ ਕੋਈ ਗੱਲ ਤੇ ਮੈਂ ਖੋਲਾ ਦੀ ਸੁਣ ਲਈ, ਕੋਈ ਗੱਲ ਨਾ ਸੁਣ ਸਕੀ, ਇਹ ਬਾਰ ਬਾਰ ਸਰਗੋਸ਼ੀ ਕਰਦੀ ਹੈ। ਆ ਫਰਮਾਉਂਦੇ ਨੇ ਖੋਲਾ, ਅੱਲਾ ਤੋਂ ਆਪਣੇ ਮਾਮਲੇ ਤੇ ਮੁਹੱਬਤ ਅੱਲਾ ਤੋਂ ਡਰ ਜਾ, ਆਪਣੇ ਖੋਣ ਦੇ ਮਾਮਲੇ ਅੰਦਰ ਅੱਲਾ ਤੋਂ ਡਰ ਜਾ, ਅੱਲਾ ਤੋਂ ਡਰ ਜਾ। ਹਜ਼ਰਤ ਉਮੁਲ ਮੁਮਿਨੀਨ ਫਰਮਾਉਂਦੀਆਂ, ਮੈਂ ਸੱਜਾ ਪਾਸਾ ਧੋ ਕੇ ਜਦੋਂ ਖੱਬੇ ਪਾਸੇ ਆ ਗਈ ਨਾ, ਇਹ ਖੋਲਾ ਸੱਜੇ ਪਾਸੇ ਆ ਗਏ, ਫਿਰ ਸਰਗੋਸ਼ੀਆਂ ਕਰਨ ਲੱਗ ਗਈ। ਅੱਲਾ ਦੇ ਨਬੀ ਦੱਸੋ ਮੈਂ ਕੀ ਕਰਾਂ, ਮੇਰੇ ਖਾਮਦ ਨੇ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਮੇਰੇ ਤੇ ਐਵੇਂ ਹੈ ਜਿਵੇਂ ਮੇਰੀ ਮਾਂ ਹੈ। ਅੱਲਾ ਦੇ ਨਬੀ ਜਵਾਨੀ ਇਹਦੇ ਨਾਲ ਗੁਜ਼ਾਰ ਦਿੱਤੀ, ਜ਼ਿੰਦਗੀ ਇਹਦੇ ਨਾਲ ਗੁਜ਼ਾਰ ਦਿੱਤੀ, ਬੱਚੇ ਇਸ ਦੇ ਪੈਦਾ ਕਰ ਦਿੱਤੇ, ਇਹ ਬੜੇ ਹੋ ਗਏ, ਮੈਂ ਵੀ ਬੁੜੜੀ ਤੇ ਬਾਂਝ ਹੋ ਗਈ। ਸੋਹਣਿਆ ਮੈਂ ਕਿਸ ਕਦਰ ਜਾਵਾਂ, ਕਿੱਥੇ ਜਾਵਾਂ, ਤੇਰੇ ਦਰ ਤੋਂ ਇਲਾਵਾ ਕੋਈ ਦਰ ਕੋਈ ਨਹੀਂ। ਅੱਲਾ ਦੇ ਨਬੀ ਫਰਮਾਉਂਦੇ ਨੇ ਖੋਲਾ, ਅੱਲਾ ਤੋਂ ਆਪਣੇ ਖਾਮਦ ਦੇ ਮਾਮਲੇ ਅੰਦਰ ਡਰ ਜਾ। ਇਹ ਖੋਲਾ ਪਰਾਂਟ ਦੀ ਹੈ, ਅੱਲਾ ਦੀ ਸੁਪਰੀਮ ਕੋਰਟ ਦੇ ਅੰਦਰ ਕੇਸ ਦਾਇਰ ਕਰ ਦਿੱਤਾ ਹੈ। ਅੱਲਾ ਦਾ ਕੁਰਾਨ ਕਹਿੰਦਾ ਹੈ, ਕਦ ਸਮੇ ਅੱਲਾਹੁ ਕੌਲ ਲਤੀ ਤੁਜਾ ਦਿਲੁਗਾ ਫੀ ਜ਼ੌਜਿਗਾ ਵਤਸ਼ਤਕੀ ਅੱਲਾ ਦੇ ਨਬੀ ਤੁਸੀਂ ਨਹੀਂ ਸੁਣ ਰਹੇ ਤੇ ਨਾ ਸੁਣਾਓ। ਆ ਫਰਮਾਉਂਦੇ ਨੇ ਖੋਲਾ ਪਿੱਛੇ ਹਟ, ਤੇਰੇ ਮਸਲੇ ਦਾ ਮੇਰੇ ਕੋਲੇ ਹੱਲ ਕੋਈ ਨਹੀਂ।
ਤੇਰੇ ਮਸਲੇ ਦਾ ਮੇਰੇ ਕੋਲ ਕੋਈ ਗੱਲ ਨਹੀਂ। ਖੌਲਾ ਆਪਣੇ ਖਾਵੰਦ ਦੇ ਮੁਹਾਮਲੇ ਤੋਂ ਅੱਲਾਹ ਤੋਂ ਡਰ ਜਾ। ਹਾਏ ਹਾਏ ਅੱਲਾਹ ਦੇ ਨਬੀ ਪਰਾਂ ਕਰਦੇ ਨੇ, ਇਹ ਪਰਾਂ ਹੋ ਜਾਂਦੀ ਹੈ। ਆਪਣਾ ਕੇਸ ਅੱਲਾਹ ਦੀ ਅਦਾਲਤ 'ਚ ਪੇਸ਼ ਕਰਦੀ ਹੈ ਤੇ ਅਸਮਾਨ ਤੋਂ ਕੁਰਾਨ ਨਜ਼ਰ ਆਉਂਦਾ। ਤਾਂ ਹੀ ਤੇ ਕਹਿੰਦੇ ਨੇ ਮੁਸਲਮਾਨ ਦਾ ਕੰਮ ਨਹੀਂ ਕਿ ਨਾਮ ਨੇ, ਜਦੋਂ ਬਿਆਨ ਕੁਰਾਨ ਹਦੀਸ ਹੋ ਜਾਏ। ਉਹ ਮੁਸਲਮਾਨ ਦਾ ਕੰਮ ਨਹੀਂ ਕਿ ਨਾਮ ਨੇ, ਜਦੋਂ ਬਿਆਨ ਕੁਰਾਨ ਹਦੀਸ ਹੋ ਜਾਏ। ਕਿਆ ਨਬੀ ਜੀ ਦਾ ਨਹੀਂ ਸੀ ਦਿਲ ਕਰਦਾ ਕਿ ਹਰ ਇਲਮ ਰਾਹੇ ਰਾਸਤ ਹਰ ਇਨਸਾਨ ਹੋ ਜਾਏ। ਨਬੀ ਪਾਕ ਨੇ ਕਿੰਨਾ ਸੀ ਜ਼ੋਰ ਲਾਇਆ ਕਿ ਚੱਚਾ ਅਬੂ ਤਾਲਬ ਮੁਸਲਮਾਨ ਹੋ ਜਾਏ। ਨਵੀ ਦੇ ਇਖਤਿਆਰ ਅੰਦਰ ਨਹੀਂ। ਫਰਮਾਇਆ ਖੋਲਾ ਪਰ ਹਟ ਜਾ, ਇਹ ਪਰ ਹਟੀ ਹੈ। ਅੱਲਾ ਕਹਿੰਦਾ ਕਦ ਸਮੀ ਅੱਲਾ, ਅੱਲਾ ਨੇ ਆਵਾਜ਼ ਸੁਣ ਲਈ, ਸਰਗੋਸ਼ੀ ਸੁਣ ਲਈ। ਉਮਰ ਮੋਮਿਨ ਫਰਮਾਉਂਦੀਆਂ ਨੇ ਮੈਂ ਨਾਲ ਖੜੀ ਹਾਂ, ਮੈਨੂੰ ਸਮਝ ਨਹੀਂ ਆਈ, ਕੁਰਬਾਨ ਜਾਵਾਂ ਉਸ ਰੱਬ ਤੋਂ ਜਿਹਨੇ ਸੱਤਵੇਂ ਅਸਮਾਨ ਤੇ ਗੱਲਾਂ ਕਰ ਲਈਆਂ। ਕਦ ਸਮੇ ਅੱਲਾਹ ਕੌਲ ਅੱਲਤੀ, ਅੱਲਾਹ ਕਹਿੰਦਾ ਸੋਹਣਿਆ ਰੱਬ ਨੇ ਉਹਦੀ ਆਵਾਜ਼ ਸੁਣ ਲਈ। ਤੂੰ ਜਾ ਦਿਲੋਂ ਗੱਬੀ ਸੌ ਜਾ, ਜਿਹੜੀ ਬੀਵੀ ਝਗੜ ਰਹੀ ਹੈ ਆਪਣੇ ਖਾਵੰਦ ਦੇ ਮੁਤਲਕ ਤੁਹਾਡੇ ਨਾਲ ਝਗੜ ਰਹੀ ਹੈ। ਅੱਲਾਹ ਦੇ ਨਬੀ ਦੱਸੋ ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ, ਕਿਹੜੇ ਦਰ ਤੇ ਜਾਵਾਂ, ਕਿਹੜੇ ਗੱਲ ਕਰਾਂ। ਅੱਲਾਹ ਕਹਿੰਦਾ ਮੈਂ ਇਹਦੀਆਂ ਆਵਾਜ਼ਾਂ ਸੁਣ ਲਈਆਂ। ਕਦ ਸਮੇ ਅੱਲਾਹ ਕੌਲ ਅੱਲਤੀ, ਤੂੰ ਜਾ ਦਿਲੋਂ ਗੱਬੀ ਸੌ ਜਾ, ਅੱਲਾ ਇਲਤਜਾਵਾਂ ਸੁਣਨੇ ਵਾਲਾ, ਕਿਉਂਕਿ ਇਲਾਹ ਸਮੀਉਂ ਬਸੀਰ। ਅੱਲਾ ਸੁਣਦਾ ਹੈ, ਅੱਲਾ ਦਿਲਾਂ ਦੇ ਭੇਦ ਜਾਣਦਾ ਹੈ, ਅੱਲਾ ਦੇਖ ਰਿਹਾ ਨਾ। ਅੱਲਾ ਕਹਿੰਦਾ ਅਲਜ਼ੀਨ ਯੁਜ਼ਾਹਿਰੂਨ ਮਿਨਕੁਮ ਮਿਨ ਨਿਸਾਇਹਿਮ ਮਾ ਹੁੰਨਾ ਉਮਮਾਤੁਹੁਮ ਇਨ ਉਮਮਾਤੁਹੁਮ ਇਲਾ ਅੱਲਾਹ ਇਨ ਵਲਦਨਹੁਮ ਵਇਨਹੁਮ ਲਯਕੂਲੂਨ ਮੁਨਕਰਮ ਮਿਨਲ ਕੌਲਿ ਵਜ਼ੂਰਾ। ਅੱਲਾ ਫਰਮਾਉਂਦੇ ਨੇ ਜਿਹਨੂੰ ਤੁਸੀਂ ਮਾਂ ਕਹਿ ਬੈਠੇ ਤੁਹਾਡੀ ਮਾਂ ਨਹੀਂ ਬਲਕਿ ਤੁਹਾਡੀ ਮਾਂ ਹੈ। ਵਲਦਨਹੁਮ ਜਿਹਨੇ ਤੁਹਾਨੂੰ ਪੈਦਾ ਕੀਤਾ। ਹਜ਼ਰਤ ਅਨਸ ਰਜ਼ੀ ਅੱਲਾਹ ਤਾਲਾ ਨੂੰ ਫਰਮਾਇਆ ਇੱਕ ਇਹ ਵੀ ਗੱਲ ਯਾਦ ਰੱਖਿਆ, ਜੇ ਬਾਅਦ ਦਫ਼ਾ ਅਸੀਂ ਕਿਸੇ ਨੂੰ ਪਿਆਰ ਨਾਲ ਬੇਟਾ ਬੁਲਾ ਇਹਦੇ 'ਚ ਕੋਈ ਹਰਜ ਨਹੀਂ। ਔਰ ਨਬੀ ਅਲੈਹਿ ਸਲਾਤੋ ਸਲਾਮ ਦਾ ਫਰਮਾਨ ਹੈ ਕਿ ਜੋ ਬੰਦਾ ਆਪਣੀ ਨਿਸਬਤ ਕਿਸੇ ਹੋਰ ਵੱਲ ਜੋੜ ਦੇ, ਉਹਨੂੰ ਪਤਾ ਕਿ ਮੇਰਾ ਪਿਓ ਆਏ ਲੇਕਿਨ ਆਪਣੇ ਬਾਪ ਦੀ ਬਜਾਏ ਕਿਸੇ ਦਾ ਬਾਪ ਦਾ ਨਾਂ ਲਵੇ, ਅੱਲਾਹ ਦੇ ਨਬੀ ਫਰਮਾਉਂਦੇ ਨੇ ਉਸ ਬੰਦੇ ਨੇ ਕੁਫਰ ਕੀਤਾ। ਆਪਣੀ ਨਿਸਬਤ ਆਪਣੇ ਬਾਪ ਤੋਂ ਤੋੜ ਕੇ ਕਿਸੇ ਹੋਰ ਗੱਲ ਕਰ ਦੇਣਾ। ਪਿਆਰ ਨਾਲ ਬੇਟਾ ਕਹਿ ਹਜ਼ਰਤ ਅਨਸ ਫਰਮਾਉਂਦੇ ਨੇ ਕਿ ਹਜ਼ਰਤ ਜ਼ੈਦ ਬਿਨ ਸਾਬਤ ਸਨ 60 ਹਿਜਰੀ ਜੰਗੇ ਮੌਤਾ ਦੇ ਸ਼ਹੀਦ ਹੋ ਗਏ ਤੇ 10 ਹਿਜਰੀ ਨੂੰ ਅੱਲਾਹ ਦੇ ਨਬੀ ਅਲੈਹਿ ਸਲਾਤੁ ਵਸਲਾਮ ਨੂੰ ਅਨਸ ਉਹ ਪੁੱਤਰ ਜਾਓ ਜਾ ਕੇ ਜਮਰਾਤ ਨੂੰ ਕੰਕਣੀਆਂ ਮਾਰਿਆ ਜੇ ਲੇਕਿਨ ਸੂਰਜ ਨਿਕਲਣ ਤੋਂ ਬਾਅਦ ਮਾਰ ਲਓ। ਬੇਟਾ ਕਹਿ ਕੇ ਇਹਦੇ 'ਚ ਕੋਈ ਹਰਜ ਨਹੀਂ। ਫਿਰ ਇੱਕ ਮਾਰਮ ਰਿਸ਼ਤੇ ਦਾ ਦੱਸਿਆ, ਅਗਰ ਇਹਦੀ ਬਰੀਕ ਬੀਨੀ 'ਚ ਜਾਈਏ ਤਾਂ ਸੂਰਤ ਯੂਸਫ ਦੇਖ ਲਓ। ਜ਼ੁਲੈਖਾ ਨੇ ਯੂਸਫ ਨੂੰ ਖਰੀਦਿਆ ਕਾਹਦੇ ਵਾਸਤੇ? ਹਾਂਜੀ ਹਾਂਜੀ ਬੇਟਾ ਬਣਾਉਣ, ਪੁੱਤਰ ਬਣਾਉਣ ਵਾਸਤੇ। ਯੂਸਫ ਦੀ ਉਮਰ 6 ਸਾਲ ਹੈ, ਜ਼ੁਲੈਖਾ ਦੀ ਅਗਰ ਵਿਆਹੀ ਹੈ ਘਰ ਵਾਲੀ 25-26 ਸਾਲ ਦੇ ਹੋ। ਅਗਰ ਯੂਸਫ 20 ਸਾਲ ਦਾ ਹੋ ਜਾਂਦਾ ਹੈ ਤਾਂ ਜ਼ੁਲੈਖਾ ਵੀ 40 ਸਾਲ ਦੀ ਹੋਈ ਕਿ ਨਹੀਂ? ਇਹਨਾਂ ਉਮਰ ਦੇ ਅੰਦਰ ਡਿਫਰੈਂਸ ਹੋਣ ਦੇ ਬਾਵਜੂਦ ਬੁਲਾਈ ਦਾ ਅੰਦੇਸ਼ਾ ਇਸਲਾਮ ਨੇ ਦਰਵਾਜ਼ੇ ਰੱਖੇ ਨੇ ਹਲਾਲ ਦੇ ਹਰਾਮ ਦੇ, ਦੀਵਾਰਾਂ ਰੱਖੀਆਂ ਹਰਾਮ ਤੋਂ ਰੋਕਣ ਵਾਸਤੇ, ਦਰਵਾਜ਼ੇ ਰੱਖੇ ਹਲਾਲ ਵਾਸਤੇ। ਇਹ ਕਹਿ ਦੇਣਾ ਕਿ ਮੇਰੇ ਭਰਾ ਵਰਗਾ
मेरे बाप वर्गा या मेरे बेटे वर्गा या मेरी माँ वर्गी है या मेरी भैन वर्गी है, एदा कोई कंसेप्ट नहीं है इस्लाम दे। या बीबियां कह दिंदियां बाद घर च रौला पै जांदा, फैमिलियां इकट्ठियां रहिंदियां, उन्हां दा रिश्ता मैं तो सारी उम्र नूं भैन समझे आ, वी समझणा हो जांदा होणा हो जांदा। जो चीज अल्लाह ने हलाल की थी असी उन्हों हराम नहीं कर सकते, जो अल्लाह ने हराम कर दी उन्हों हलाल नहीं कर सकते। इस करके जिहाद का माना अपनी बीवी नूं ए कह देना कि तू मेरी अज तो बाद तू मेरी माँ है, मेरी भैन है, मेरी फूफी है, मेरी खाला है। रसूलुल्लाह सल्लल्लाहु अलैहि वसल्लम ने फरमाया इहदा कफारा एक गर्दन आजाद करना। अगर वो गर्दन आजाद नहीं कर सकता तो फिर हुक्म है दो महीने दे मुसलसल रोजे रखो। मुसलसल का माना है अगर एक भी रोजा छुट गया तो दोबारा फिर एक तो शुरू, उन्नी देर तक बीवी बीवी नहीं बन सकता। ये भी नहीं तो फिर 60 मसाकीन को खाना खिलाना। अल्लाह ने ये रोज रोज की किल किल का दरवाजा बंद किया शहर वास्ते बंदे वास्ते कि छोटी जी गल तो गुस्सा हजरत खौला फरमांदियां ने कि गुस्से जांदा ते ए गल करदा बाहर जांदा दोस्तां नाल हसदा खेलदा घर आके ओदा देउदा मैं सड़ सड़ के सवा हो जांदा। आखिरकार कोई शिकायत लेके रसूलुल्लाह सल्लल्लाहु अलैहि वसल्लम की खिदमत पेश हो गई, अल्लाह ने शिकायत सुन के एदा हल करा और जिस कदर एदा कफारा अदा ना किया जाए जिन्नी देर तक वो खातून उस मर्द वास्ते हलाल नहीं है वो बंदा गुनहगार। पहली तो गल ऐसे अल्फाज जिदे तो अल्लाह ते अल्लाह दा रसूल नाराज होए ओदे तो गुरेज करीदा, ओदे तो बचीदा। अपनी जबान दे अंदर कोशिश करो शाइस्तगी लेके आओ, अखलाक लेके आओ, गालियां दी बजाय दुआइयां कलमात लेके आओ। बच्चे नूं गाली दिंदे आ, बददुआ दिंदे आ। अब्दुर्रहमान सुदैस दे मुतल्लक जिहड़े इमाम ने कहा कि मैं शराब ते करा रहा ते मेरी मान के जा अब्दुर्रहमान अल्लाह तों कहवा दो इमाम अल्लाह ने सुन ले अच्छी गल भी ते कह सकदे ते जरूरी नहीं गिद्दड़ कहना बिल्ला कहना कुत्ता कहना ते फिर तुहानूं सुकून नहीं आउंदा। अपने बच्चों के मुतलक अपनी बीवियों के मुतलक अपने नौकरों के मुतलक अल्लाह के रसूल अलैहि सलातो व सलाम ने खुतबा हिज्जतुल वदा के मौके पर बार बार फरमाया इन्हां दे मामले च अल्लाह तो डर जाओ, इन्हां दे मामले च अल्लाह तो डर जाओ। ऐसा ना है छोटिया छोटिया बातें क्यामत वाले दिन साड़ी पकड़ का सबब बन जाए। वमा अलैना इल्ला अल बलागुल मुबीन।